ਕਿਸਾਨ ਦੋਸਤੋ, ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਦੇ ਨਾਲ ਆਪਾਂ 6 ਅਕਤੂਬਰ 2021 ਤੱਕ ਦਾ ਮੌਸਮ ਦੇਖਦੇ ਹਾਂ। ਖੁਸ਼ੀ ਦੀ ਖਬਰ ਆ ਰਹੀ ਹੈ, ਜਿਹੜੀ ਵਧੀ ਹੋਈ ਨਮੀ ਤੋਂ ਪਰੇਸ਼ਾਨ ਸੀ, ਝੋਨਿਆਂ ਦੇ ਵਿੱਚ ਹਲਦੀ ਹਲਦੀ ਬਣਾਤੀ ਜਿਸ ਨਮੀ ਨੇ, ਰਾਹਤ ਮਿਲਣ ਦੀ ਸੰਭਾਵਨਾ। ਦੋਸਤੋ, 5 ਤਰੀਕ ਨੂੰ ਐਂਟੀ ਸਾਈਕਲੋਨਿਕ ਸਰਕੂਲੇਸ਼ਨ ਬਣ ਰਹੀ ਹੈ ਇਹ ਰਾਜਸਥਾਨ ਦੇ ਉੱਪਰ। ਐਂਟੀ ਸਾਈਕਲੋਨਿਕ ਸਰਕੂਲੇਸ਼ਨ ਬਣਨ ਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਮਾਨਸੂਨ ਦਾ ਵਾਪਸੀ ਸ਼ੁਰੂ ਹੋਣੀ ਹੈ। ਜੇ 5 ਅਕਤੂਬਰ ਨੂੰ ਐਂਟੀ ਸਾਈਕਲੋਨਿਕ ਸਰਕੂਲੇਸ਼ਨ ਬਣਦਾ ਹੈ ਤਾਂ 6 ਅਕਤੂਬਰ ਤੋਂ ਜਿਹੜਾ ਹੈਗਾ ਮਾਨਸੂਨ ਦਾ ਵਿਡਰਾਲ, ਮੈਂ ਕਿ ਮਾਨਸੂਨ ਨੇ ਵਾਪਸ ਮੁੜਨਾ ਸ਼ੁਰੂ ਕਰ ਦੇਣਾ। ਇਹ ਜੀ ਆਲ ਇੰਡੀਆ ਵੈਦਰ ਫੋਰਕਾਸਟ ਬੁਲੇਟਿਨ ਹੈ ਜਿਹੜਾ ਕਿ 2 ਅਕਤੂਬਰ 2021 ਨੂੰ 7:45 'ਤੇ ਜਾਰੀ ਕੀਤਾ ਗਿਆ। ਇਹਦੀ ਸਹਾਇਤਾ ਦੇਣਾ ਮੈਂ ਤੁਹਾਨੂੰ ਦੱਸ ਰਿਹਾ। ਮੈਂ ਹਾਂ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਐਂਟੀ ਸਾਈਕਲੋਨਿਕ ਸਰਕੂਲੇਸ਼ਨ ਇਹ ਬਣਨ ਲੱਗੀ ਹੈ 5 ਅਕਤੂਬਰ ਨੂੰ, ਜਿਹਦੇ ਕਰਕੇ ਰਾਜਸਥਾਨ ਦੇ ਜਿਹੜੇ ਲਾਸਟ ਵਾਲਾ ਪਾਰਟ ਹੈ ਉੱਧਰੋਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਜੂਗੀ। ਤਾਂ ਫਿਰ ਹੌਲੀ ਹੌਲੀ ਹੁਣ ਇਹ ਜਿਹੜਾ ਹੈਗਾ ਮਾਨਸੂਨ ਪਿੱਛੇ ਨੂੰ ਹਟਦਾ ਜਾਏਗਾ ਅਤੇ ਉਹਦੇ ਨਾਲ ਨਾਲ ਫਿਰ ਪੱਛਮੀ ਹਵਾਵਾਂ ਜਿਹੜਾ ਹੈਗੀ ਜਗ੍ਹਾ ਲੈ ਲੈਣਗੀਆਂ ਅਤੇ ਜਿਹੜੀ ਨਮੀ ਬਣੀ ਹੋਈ ਸੀਗੀ ਨਮੀ ਦੀ ਜਗ੍ਹਾ 'ਤੇ ਹੁਣ ਖੁਸ਼ਕ ਹਵਾਵਾਂ ਜਿਹੜਾ ਹੈਗਾ ਹੌਲੀ ਹੌਲੀ ਰਸਤੇ 'ਤੇ ਆ ਜਾਣਗੀਆਂ। ਤਾਂ ਫਿਰ ਜਿਹੜੇ ਝੋਨੇ ਪੱਕਣਗੇ ਬੜੇ ਸੋਹਣੇ ਅਤੇ ਜਿਹੜੇ ਹੈਗੇ ਆ ਸੋਹਣੇ ਰੰਗੇ ਝੋਨੇ ਪੱਕਣਗੇ ਉਸ ਹਵਾ ਦੇ ਵਿੱਚ। ਤਾਂ ਦੋਸਤੋ, ਲੇਟ ਭਾਵੇਂ ਹੋ ਗਿਆ ਪਿਛਲੇ ਸਾਲ ਇਹ, ਜਾਂ ਕਹਿ ਲਈਏ ਕਿ 25 ਸਤੰਬਰ ਦੇ ਨੇੜੇ ਵਾਪਸੀ ਚਾਹੀਦੀ ਸੀ ਜਿਹੜੀ ਕਿ 6 ਅਕਤੂਬਰ ਨੂੰ ਹੋ ਰਹੀ ਹੈ। ਚਲੋ, ਜੋ ਆਇਆ ਹੋਇਆ ਚੰਗਾ ਹੋਇਆ। ਤਾਂ ਹੁਣ ਆਪਾਂ ਦੇਖਦੇ ਹਾਂ ਨੈੱਟ ਸ਼ੈਲ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਰਹੇਗਾ। ਤਾਂ ਦੋਸਤੋ, 6 ਤਰੀਕ ਤੱਕ ਜਾਂ 5 ਤਰੀਕ ਤੱਕ ਹਵਾ ਦੇ ਵਿੱਚ ਨਮੀ ਬਣੀ ਰਹਿਣ ਕਰਕੇ ਕਿਤੇ ਵੀ ਜੇਕਰ ਦਿਨ ਦਾ ਤਾਪਮਾਨ ਜ਼ਿਆਦਾ ਹੁੰਦਾ ਤਾਂ ਗਰਜ ਚਮਕ ਵਾਲੇ ਬੱਦਲ ਬਣ ਕੇ ਹਵਾ ਜਿਹੜੇ ਵਰਖਾ ਕਰ ਸਕਦੇ ਹੈ, ਠੀਕ ਹੈ ਜੀ। ਪਰੰਤੂ ਭਾਰਤੀ ਮੌਸਮ ਵਿਭਾਗ ਦਾ ਕੀ ਕਹਿਣਾ ਹੈ, ਪੰਜਾਬ 3 ਅਤੇ 4 ਅਕਤੂਬਰ ਨੂੰ ਵਰਖਾ ਹੋ ਸਕਦੀ ਹੈ, 5-6 ਨੂੰ ਖੁਸ਼ਕ ਹੋਣ ਜਾ ਰਿਹਾ। ਹਰਿਆਣਾ, ਚੰਡੀਗੜ੍ਹ, ਦਿੱਲੀ 3, 4 ਅਤੇ 5 ਅਕਤੂਬਰ ਨੂੰ ਵਰਖਾ ਹੋ ਸਕਦੀ ਹੈ। ਉੱਤਰਾਖੰਡ 3, 4, 5, ਪੱਛਮੀ ਉੱਤਰ ਪ੍ਰਦੇਸ਼ 3, 4, 5 ਅਤੇ ਪੱਛਮੀ ਰਾਜਸਥਾਨ ਦੇ ਵਿੱਚ 3 ਤਰੀਕ ਨੂੰ ਕੁਝ ਜਗ੍ਹਾ 'ਤੇ ਹੈ। ਕੁਝ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਏਰੀਏ ਨਾ, ਮੈਂ ਇੱਥੇ ਆਪਾਂ ਇਹਨੂੰ ਦੇਖ ਹੀ ਲੈਂਦੇ ਹਾਂ ਕਿ ਰਾਜਸਥਾਨ ਦੇ ਖਾਸ ਤੌਰ 'ਤੇ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਏਰੀਏ ਹੈਗੇ ਹੈ, ਜਿਸ ਤਰ੍ਹਾਂ ਕਿ ਇਹ ਤੁਸੀਂ ਦੇਖ ਰਹੇ ਹੋ ਜੈਤਸਰ, ਜੈਤਸਰ ਦੇ ਨਾਲ ਤੁਹਾਡਾ ਇਹ ਹੈਗਾ ਪੰਜਾਬ ਦਾ ਫਾਜ਼ਿਲਕਾ, ਸ਼੍ਰੀ ਕਰਨਪੁਰ। ਇਹ ਇੱਥੇ ਵਰਖਾ ਦੀ ਸੰਭਾਵਨਾ ਹੈਗੀ ਹੈ 2, 3, 4, 5, 6 ਨੂੰ ਸ਼੍ਰੀ ਕਰਨਪੁਰ, ਰਾਜ ਸਿੰਘ ਨਗਰ, ਇਸ ਜਗ੍ਹਾ 'ਤੇ ਵੀ ਵਰਖਾ ਦੀ ਸੰਭਾਵਨਾ ਹੈਗੀ। ਹਨੁਮਾਨਗੜ੍ਹ, ਗੰਗਾਨਗਰ ਦੇ ਵਿੱਚ ਇਹ ਵਰਖਾ ਦੀ ਸੰਭਾਵਨਾ ਕਾਫੀ ਘੱਟ ਹੈ। ਇਹ ਕੇਵਲ ਅਤੇ ਕੇਵਲ ਜੇਕਰ ਤੁਸੀਂ ਦੇਖੋਗੇ ਤਾਂ 5 ਤਰੀਕ ਨੂੰ ਵਰਖਾ ਦੀ ਸੰਭਾਵਨਾ ਬਣਦੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਪੰਜਾਬ ਤੋਂ। ਤਾਂ ਦੋਸਤੋ, ਗੱਲ ਕਰਦੇ ਹਾਂ ਪਠਾਨਕੋਟ, ਗੁਰਦਾਸਪੁਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ। 3 ਅਕਤੂਬਰ 2021 ਨੂੰ ਵਰਖਾ ਹੋ ਸਕਦੀ ਹੈ। ਇਸ ਤੋਂ ਬਾਅਦ ਮੌਸਮ ਖੁਸ਼ਕ ਹੋ ਜਾਣ ਦੀ ਸੰਭਾਵਨਾ ਹੈਗੀ ਹੈ। ਇਸੇ ਤਰੀਕੇ ਦੇ ਨਾਲ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ 3 ਅਤੇ 4 ਅਕਤੂਬਰ 2021 ਦੇ ਦਰਮਿਆਨ ਵਰਖਾ ਹੋਣ ਦੀ ਸੰਭਾਵਨਾ ਹੈ। ਫਿਰ ਮੌਸਮ ਖੁਸ਼ਕ ਹੋਣ ਦੀ ਸੰਭਾਵਨਾ ਹੈ। ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ ਐਸ ਨਗਰ 3 ਤਰੀਕ ਨੂੰ ਕੁਝ ਥਾਵਾਂ 'ਤੇ ਵਰਖਾ ਹੋ ਸਕਦੀ ਹੈ। ਮਾਨਸਾ ਦੇ 4 ਨੂੰ ਵੀ ਹੋ ਸਕਦੀ ਹੈ। ਵਰਖਾ ਥੋੜ੍ਹੇ ਏਰੀਏ 'ਚ ਹੋਵੇਗੀ ਜਿਹੜਾ ਹੈਗਾ, ਅਤੇ ਉਸ ਤੋਂ ਬਾਅਦ 'ਚ ਮੌਸਮ ਖੁਸ਼ਕ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ 6 ਅਕਤੂਬਰ ਤੱਕ ਕਿਸੇ ਕਿਸਮ ਦੀ ਕੋਈ ਮੌਸਮੀ ਵਾਰਨਿੰਗ ਜਾਰੀ ਨਹੀਂ ਹੋਈ। ਕੇਂਦਰ ਸ਼ਾਸਿਤ ਚੰਡੀਗੜ੍ਹ 3 ਅਤੇ 4 ਦੇ ਦਰਮਿਆਨ ਵਰਖਾ ਹੋ ਸਕਦੀ, ਉਸ ਤੋਂ ਬਾਅਦ ਮੌਸਮ ਖੁਸ਼ਕ ਹੋਣ ਦੀ ਸੰਭਾਵਨਾ ਹੈ। ਇਹ ਹਰਿਆਣਾ ਦੀ ਗੱਲ ਕਰਾਂਗੇ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰਕਸ਼ੇਤਰ, ਕੈਥਲ, ਕਰਨਾਲ 3 ਅਤੇ 4 ਦੀ ਸਵੇਰ ਤੱਕ ਵਰਖਾ ਹੋਣ ਦੀ ਸੰਭਾਵਨਾ। 1-2 ਥਾਵਾਂ ਦੇ ਉੱਪਰ ਹਲਕੀ ਫੁਲਕੀ ਵਰਖਾ ਹੋਣ ਦੀ ਸੰਭਾਵਨਾ, ਜ਼ਿਆਦਾ ਨਹੀਂ। ਮਹਿੰਦਰਗੜ੍ਹ, ਰਵਾਰੀ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਣੀਪਤ 4 ਅਕਤੂਬਰ 2021 ਨੂੰ ਵਰਖਾ ਹੋ ਸਕਦੀ ਹੈ। ਇਹ ਝੱਜਰ ਦੇ ਵਿੱਚ 3 ਨੂੰ ਵੀ ਵਰਖਾ ਹੋਣ, ਝੱਜਰ, ਰੋਹਤਕ, ਸੋਨੀਪਤ, ਪਾਣੀਪਤ ਦੇ 3 ਤਰੀਕ ਨੂੰ ਵਰਖਾ ਹੋ ਸਕਦੀ ਹੈ। ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਭਿਵਾਨੀ, ਚਰਖੀ ਦਾਦਰੀ 3 ਅਤੇ 4 ਅਕਤੂਬਰ ਦੇ ਦਰਮਿਆਨ ਵਰਖਾ ਹੋ ਸਕਦੀ ਹੈ। ਮੌਸਮੀ ਵਾਰਨਿੰਗ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ 6 ਅਕਤੂਬਰ ਤੱਕ ਕਿਸੇ ਕਿਸਮ ਦੀ ਮੌਸਮੀ ਵਾਰਨਿੰਗ ਨਹੀਂ ਹੈਗੀ। ਦੋਸਤੋ,
ਜਿਸ ਤਰ੍ਹਾਂ ਕਿ ਤੁਹਾਨੂੰ ਰਾਜਸਥਾਨ ਦਾ ਦੱਸਿਆ ਕਿ 2, 3, 4 ਅਤੇ 5 ਦੇ ਦਰਮਿਆਨ ਜੋ ਰਾਜਸਥਾਨ ਦੇ ਪਾਕਿਸਤਾਨ ਦੀ ਬਾਰਡਰ ਦੇ ਨਾਲ ਲੱਗਦੇ ਏਰੀਏ 'ਚ ਵਰਖਾ ਹੋ ਸਕਦੀ ਹੈ। ਬਾਕੀ ਗੰਗਾਨਗਰ ਹਨੂਮਾਨਗੜ੍ਹ ਦੇ ਵਿੱਚ 5 ਤਰੀਕ ਨੂੰ ਵਰਖਾ ਦੀ ਸੰਭਾਵਨਾ ਹੈ, ਬਾਕੀ ਦਿਨ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ, ਪਰੰਤੂ ਜਿੰਨੀ ਦੇਰ ਮਾਨਸੂਨ ਵਾਪਸ ਨਹੀਂ ਆਉਂਦੀ। ਜੇ ਦਿਨ ਦਾ ਮੌਸਮ ਇੱਕਦਮ ਗਰਮ ਹੁੰਦਾ ਹੈ ਤਾਂ ਗਰਜ ਚਮਕ ਵਾਲੇ ਬੱਦਲ ਕਿਸੇ ਸਮੇਂ ਬਣ ਕੇ ਜਿਹੜਾ ਹੈਗਾ ਵਰਖਾ ਕਰ ਸਕਦੇ ਹੈ। ਠੀਕ ਹੈ, 6 ਤਰੀਕ ਤੋਂ ਮਾਨਸੂਨ ਪਿੱਛੇ ਹਟਣਾ ਸ਼ੁਰੂ ਹੋਏਗਾ, ਉਸ ਤੋਂ ਬਾਅਦ ਦੇ ਜੋ ਮੌਸਮ ਖੁਸ਼ਕ ਹੋਏਗਾ ਫਿਰ ਅਸੀਂ ਕਹਿ ਸਕਦੇ ਹਾਂ ਪੂਰਨ ਤੌਰ 'ਤੇ ਮੌਸਮ ਖੁਸ਼ਕ ਹੋ ਗਿਆ। ਤਾਂ 3 ਅਤੇ 4 ਦੇ ਦਰਮਿਆਨ ਜੰਮੂ ਦੇ ਵਿੱਚ ਹੀ ਵਰਖਾ ਹੋ ਸਕਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਹਾਂ, 5 ਅਕਤੂਬਰ ਤੱਕ ਹਲਕੀ ਹੁਲਕੀ ਵਰਖਾ ਕੁਝ ਥਾਵਾਂ 'ਤੇ ਹੋ ਸਕਦੀ ਹੈ, ਸਾਰਾ ਏਰੀਆ ਵਰਖਾ ਕਵਰ ਨਹੀਂ ਕਰੇਗੀ, ਵਰਖਾ ਬਹੁਤ ਘੱਟ ਏਰੀਏ 'ਚ ਹੋਣ ਦੀ ਸੰਭਾਵਨਾ ਹੈਗੀ ਹੈ, ਅਤੇ 6 ਤੋਂ ਮੌਸਮ ਖੁਸ਼ਕ ਹੋਣ ਦੀ ਸੰਭਾਵਨਾ ਹੈ। ਤਾਂ ਦੋਸਤੋ ਇਸ ਵੀਡੀਓ ਨੂੰ ਮੈਂ ਕੰਪਲੀਟ ਕਰਾਂ, ਕੁੱਲ ਮਿਲਾ ਕੇ 5 ਤਰੀਕ ਨੂੰ ਐਂਟੀ ਸਾਈਕਲੋਨਿਕ ਸਰਕੂਲੇਸ਼ਨ ਜਿਹੜੀ ਹੈ ਬਣ ਜਾ ਰਹੀ ਹੈ, ਜਿਹਦੇ ਨਾਲ ਕੀ ਹੋਏਗਾ ਕਿ ਮਾਨਸੂਨ ਦੀ ਵਾਪਸੀ ਦੀ ਉਦਘੋਸ਼ਣਾ ਹੋ ਜਾਏਗੀ, ਅਤੇ 6 ਅਕਤੂਬਰ 2021 ਤੋਂ ਇਹ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਰਹੀ ਹੈ। ਪਿਛਲੇ ਸਾਲਾਂ ਦੇ ਵਿੱਚ ਜਾਂ 25 ਸਤੰਬਰ ਨੂੰ ਇਹ ਮਾਨਸੂਨ ਦੀ ਵਾਪਸੀ ਹੋਣੀ ਚਾਹੀਦੀ ਸੀ, ਐਕਚੁਅਲੀ ਲੇਟ ਹੋ ਗਈ ਹੈ। ਜਿਵੇਂ ਹੀ ਮਾਨਸੂਨ ਦੀ ਵਾਪਸੀ ਹੋਏਗੀ ਤਾਂ ਜਿਹੜੀਆਂ ਇਹ ਤਰ ਹਵਾਵਾਂ ਨਮੀ ਵਾਲੀਆਂ ਹਵਾਵਾਂ ਇਹਨਾਂ ਦੀ ਜਗ੍ਹਾ 'ਤੇ ਖੁਸ਼ਕ ਪੱਛਮੀ ਹਵਾਵਾਂ ਵਗਣੀਆਂ ਸ਼ੁਰੂ ਹੋ ਜਾਣਗੀਆਂ, ਜਿਹਦੇ ਨਾਲ ਤੁਹਾਡੇ ਝੋਨਿਆਂ ਜਿਹੜੀ BLB ਆਈ ਹੋਈ ਹੈ, ਜਿਹੜੇ ਕੋਈ ਹਲਦੀ ਰੋਗ ਵਗੈਰਾ ਪਿਆ ਹੋਇਆ ਜਾਂ ਕੋਈ ਹੋਰ ਬਿਮਾਰੀ ਹੈ, ਉੱਲੀ ਵਾਲੀ ਬਿਮਾਰੀ ਹੈ ਜਾਂ ਬੈਕਟੀਰੀਅਲ ਬਿਮਾਰੀ ਹੈ, ਸਭ ਤੋਂ ਰੋਕ ਮਿਲੇਗੀ ਅਤੇ ਝੋਨਿਆਂ ਦਾ ਪਕਾਅ ਬਹੁਤ ਸੋਹਣਾ ਅਤੇ ਇਕਸਾਰ ਹੋਏਗਾ। ਭਾਵੇਂ ਕਿ ਐਕਤਰੀ ਮਾਨਸੂਨ ਦੀ ਵਾਪਸੀ ਦੇ ਵਿੱਚ ਦੇਰੀ ਹੋਈ ਹੈ ਤਾਂ, ਪਰੰਤੂ ਫਿਰ ਵੀ ਇਹ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ 31 ਸਤੰਬਰ ਦੇ ਵਿੱਚ ਬਰਸਾਤਾਂ ਜ਼ਿਆਦਾ ਹੋਣੀਆਂ, ਮਾਨਸੂਨ ਲੇਟ ਹੋਣੀ। ਕਈ ਕਿਸਾਨ ਵੀਰਾਂ ਨੇ ਉਸੇ ਹਿਸਾਬ ਨਾਲ ਵਰਾਇਟੀਆਂ ਦਾ ਚੋਣ ਵੀ ਕੀਤੀ ਹੈ, ਕਈ ਕਿਸਾਨ ਵੀਰਾਂ ਨੇ ਇਸ ਚੀਜ਼ ਨੂੰ ਥੋੜ੍ਹਾ ਹਲਕੇ ਦੇ ਵਿੱਚ ਲਿਆ ਸੀਗਾ। ਹੁਣ ਇਸ ਤੋਂ ਬਾਅਦ ਦੇ ਵਿੱਚ ਇਹ ਪੱਛਮੀ ਚੱਕਰਵਾਤਾਂ ਦੇ ਨਾਲ ਬਾਰਿਸ਼ ਹੋਏਗੀ, ਜਿਹਦੀ ਆਪਾਂ ਗੱਲਬਾਤ ਅੱਗੇ ਕਰਿਆ ਕਰਾਂ। ਇਸ ਦੇ ਨਾਲ ਹੀ ਸਰਦੀ ਦੇ ਮੌਸਮ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਹੋ ਗਈ ਹੈ, ਅਤੇ ਜਿਹੜੀ ਹੁਣ ਮਾਨਸੂਨੀ ਵਰਖਾ ਸੀਗੀ ਇਹ ਖਤਮ ਹੋ ਜਾਏਗੀ। ਇਹ ਮਾਨਸੂਨੀ ਵਰਖਾ ਨੂੰ ਬਹੁਤ ਸਾਰੇ ਕਾਰਕ ਪ੍ਰਭਾਵਿਤ ਕਰਦੇ ਹੈ, ਜਿਹਦੇ ਕਰਕੇ ਇਹਦੀ ਪ੍ਰੋਡਕਸ਼ਨ ਭਾਰਤੀ ਮੌਸਮ ਵਿਭਾਗ ਜੋ ਕਰਦਾ ਉਹ ਬੜੀ ਉੱਪਰ ਥੱਲੇ ਹੋ ਜਾਂਦੀ ਹੈ। ਪਰੰਤੂ ਜਿਹੜੀ ਹੁਣ ਸਰਦੀ ਦੀ ਪੱਛਮੀ ਚੱਕਰਵਾਤਾਂ ਦੇ ਨਾਲ ਵਰਖਾ ਹੋਣੀ ਹੈ, ਉਸ ਵਰਖਾ ਦੀ ਜਿਹੜੀ ਭਾਰਤੀ ਮੌਸਮ ਵਿਭਾਗ ਪ੍ਰੋਡਕਸ਼ਨ ਕਰਦਾ ਉਹ ਕਾਫੀ ਕੁਛ ਸਹੀ ਹੁੰਦੀ ਹੈ, ਲਗਭਗ ਉਸੇ ਤਰੀਕੇ ਦੇ ਨਾਲ ਚੱਲਦੀ। ਮੈਂ ਇਹ ਨਹੀਂ ਕਹਿੰਦਾ ਕਿ ਮਾਨਸੂਨ ਦੀ ਵਰਖਾ ਪ੍ਰੋਡਕਸ਼ਨ ਗਲਤ ਹੁੰਦੀ ਹੈ, ਸਹੀ ਉਹ ਵੀ ਹੁੰਦੀ ਹੈ, ਪਰੰਤੂ ਉਹਦੇ ਵਿੱਚ ਕਈ ਵਾਰੀ 19-21 ਦਾ ਫਰਕ ਆ ਜਾਂਦਾ। ਪਰੰਤੂ ਸਰਦੀ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਜਿਸ ਤਰੀਕੇ ਨਾਲ ਭਾਰਤੀ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਉਸੇ ਤਰੀਕੇ ਨਾਲ ਹੋਏਗਾ। ਤਾਂ ਦੋਸਤੋ ਧੰਨਵਾਦ, ਮਿਹਰਬਾਨੀ।